ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵੱਲੋਂ ਚਲਾਏ ਜਾ ਰਹੇ ਦਸ਼ਮੇਸ਼ ਹਸਪਤਾਲ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡੈਂਟਲ ਚੇਅਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਗੁਰਦੁਆਰਾ ਸੱਚਖੰਡ ਬੋਰਡ ਦੇ OSDDP ਸਿੰਘ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ MD ਡਾਕਟਰ SP ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਹਨਾਂ ਨੇ ਜੋ 2 ਦਿਨ ਦੇ ਇੱਥੇ ਪ੍ਰੋਗਰਾਮ ਰੱਖੇ ਹਨ, ਗੁਰਦੁਆਰਾ ਬੋਰਡ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ, ਕਿਉਂਕਿ ਭਾਈ ਗੁਰਦੇਵ ਸਿੰਘ ਜੀ ਆਸਾ ਦੀ ਵਾਰ ਲਈ ਇੱਥੋਂ ਦੀ ਹਜ਼ੂਰੀ ਸੰਗਤਾਂ ਬਹੁਤ ਉਤਾਵਲੀਆਂ ਸਨ। ਜਦੋਂ ਕਿ 2 ਮਹੀਨੇ ਉਹਨਾਂ ਨੂੰ ਪਹਿਲਾਂ ਪਤਾ ਲੱਗਿਆ, ਤਤਪਰ ਹੋ ਕੇ ਇੱਥੇ ਜੀਆਂ ਕਹਿਣ ਲਈ ਹੋਮ ਆ ਕੇ ਪਹੁੰਚੀਆਂ। ਚੜ੍ਹਦੀ ਕਲਾ TV ਦਾ ਵੀ ਦਾਸ ਤਹਿ ਦਿਲ ਤੋਂ ਧੰਨਵਾਦ ਕਰਦਾ ਗੁਰਦੁਆਰਾ ਬੋਰਡ ਵੱਲੋਂ। ਅਕਸਰ ਇਹ ਕਾਫੀ ਜੋ ਅੱਛੇ ਪ੍ਰੋਗਰਾਮ ਹੁੰਦੇ ਹਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ, ਇਹ ਆਪਣੇ TV ਚੈਨਲ ਦੁਆਰਾ ਸੰਗਤਾਂ ਨੂੰ ਦਰਸਾਉਂਦੇ ਰਹਿੰਦੇ ਹਨ, ਦਿਖਾਉਂਦੇ ਰਹਿੰਦੇ ਹਨ ਅਤੇ ਗੁਰਚਰਨਾਂ ਨਾਲ ਜੋੜਨ ਦਾ ਪੂਰਾ ਯਤਨ ਕਰਦੇ ਹਨ। ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇਸੇ ਤਰੀਕੇ ਨਾਲ ਸਰਬੱਤ ਦਾ ਭਲਾ ਡਾਕਟਰ SP ਸਿੰਘ ਜੀ ਓਬਰਾਏ, ਜੋ ਪਟਿਆਲਾ ਵਾਸੀ ਹਨ, ਦੁਬਈ ਵੀ ਰਹਿੰਦੇ ਹਨ, ਉਹਨਾਂ ਨੇ ਡੈਂਟਲ ਚੇਅਰ ਇੱਥੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਜੋ ਹਸਪਤਾਲ ਹੈ ਦਸ਼ਮੇਸ਼ ਹੋਸਪਿਟਲ, ਉਹਦੇ ਵਿੱਚ ਡੋਨੇਸ਼ਨ ਦਿੱਤੀ ਹੈ। ਕੱਲ੍ਹ ਅਸੀਂ ਉਹਦਾ ਵੀ ਮਹੂਰਤ ਕਰਨ ਜਾ ਰਹੇ ਹਾਂ, ਤਾਂ ਜੋ ਇੱਥੇ ਜੋ ਇਕੱਠ ਕੱਲ੍ਹ ਮਿਲਾਵਾ ਹੈ 33 ਮਾਸ ਮੈਰਿਜ ਫੰਕਸ਼ਨ ਜੋ ਹੋ ਰਹੇ ਹਨ ਗੁਰਦੁਆਰਾ ਬੋਰਡ ਵੱਲੋਂ, ਉਹ 'ਤੇ ਇੱਕ ਪ੍ਰਧਾਨ ਸਾਹਿਬ ਵੀ ਆ ਰਹੇ ਹਨ ਅਤੇ ਦਸ਼ਮੇਸ਼ ਹੋਸਪਿਟਲ ਉਸ ਚੇਅਰ ਦਾ ਉਦਘਾਟਨ ਕੀਤਾ ਜਾਏਗਾ, ਤਾਂ ਜੋ ਵੱਧ ਤੋਂ ਵੱਧ ਸੰਗਤਾਂ ਦੰਦਾਂ ਦਾ ਆਪਣਾ ਇਲਾਜ ਕਰਵਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ, ਕਿਉਂਕਿ ਇਹ ਬੈਕਵਰਡ ਏਰੀਆ ਹੋਣ ਕਰਕੇ ਸੰਗਤਾਂ ਕੋਲ ਇੰਨੇ ਪੈਸੇ ਨਹੀਂ ਅਤੇ ਗੁਰਦੁਆਰਾ ਬੋਰਡ ਵੱਲੋਂ ਹੀ ਇਹ ਦਸ਼ਮੇਸ਼ ਹੋਸਪਿਟਲ ਵਿੱਚੋਂ ਸਹਾਇਤਾ ਕੀਤੀ ਜਾਂਦੀ ਹੈ। ਤਹਿ ਦਿਲ ਤੋਂ ਓਬਰਾਏ ਸਾਹਿਬ ਦਾ ਧੰਨਵਾਦ ਕਰਦੇ ਹਾਂ। ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਬਖਸ਼ੇ।